लेटेस्ट न्यूज़ सब तो पहला अपने फोन से देखने लिए साडा चैनल सब्सक्राइब करो अते नोटिफिकेशन दे लिए बेल आइकॉन जरूर दबाओ। सत श्री अकाल जी, हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच। मैं हाँ तरनजीत कौर घूमन हाजरा जी लैके थोड़ा अपना प्रोग्राम जिद असी गलबात करांगे कैनेडियन इमीग्रेशन संबंधी। सो कैनेडियन इमीग्रेशन संबंधी थोड़ा कोई भी सवाल है सानू अज के प्रोग्राम विच तुसी नीचे कॉमेंट कर सकते हो, कोशिश करांगे थोड़े सवालों के नाल दे नाल असी जवाब देईए ते कैनेडियन इमीग्रेशन विच जो अपडेट्स आईयां ने उहदे बारे विच भी तुहानू जानकारी दित्ती जावे। अज दा जिहड़ा टॉपिक है खास तौर ते रहेगा, एक तां एक्सप्रैस एंट्री ते दूजा इंटरनेशनल स्टूडेंट्स दे लई ऑप्शनस। जिस तरीके नाल एक्सप्रैस एंट्री दे स्कोर 500 प्लस जा रहे हैं, अजिहे दे विच जिहड़े स्टूडेंट्स दे स्कोर्स नहीं मीट कर पा रहे हैगे उन्हां लई की ऑप्शनस बचते ने पीआर नूं लैके। इस तों इलावा असीं गल करांगे LMIA दे बेस्ड वर्क परमिट दे बारे विच, तुसीं कैनेडा तों बाहर हो या फिर कैनेडा दे विच हो LMIA बेस्ड तुसीं वर्क परमिट लैणा चाहुंदे हो, की ऑप्शनस तुहाडे कोल हो सकते ने, की प्रोसैस है इस नूं लैके, किन्ना समां लग रिहा इस वक्त प्रोसैसिंग दे विच। इस तों इलावा भी कई सवाल ने जिवें कि खास तौर ते जिहड़े विजिटर्स उरे पहुंचे हुए ने इक तरह नाल बोनस है जी तुहाडे लई। कैनेडा सरकार ने कुछ इमीग्रेशनस नूं लैके खेतर विच ढिल दित्ती हुई है, जिहदे विच जिहड़े विजिटर्स ने अपनियां अगे एप्लीकेशनस जिहड़ियां ने वर्क परमिट दे विच भी तुसीं लगवा सकदे हो, ते नाल दे नाल जेकर तुसीं चाहो तां स्टडी वीजा भी लै सकदे हो। किवें इहदे बारे विच भी तुहानूं जानकारी देवांगे। सो इस संबंधी जानकारी देण लई साडे नाल जुड़ चुके ने जी प्रायर इमीग्रेशन एंड वीजा सर्विसिज तों मिस्टर रोहित मेहता जी, स्वागत है जी तुहाडा। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਐਂਡ ਜ਼ਰੂਰ ਆਪਾਂ ਇਮੀਗ੍ਰੇਸ਼ਨ ਬਾਰੇ ਬਿਲਕੁਲ ਗੱਲ ਕਰਾਂਗੇ। ਐਂਡ ਐਕਸਪ੍ਰੈਸ ਐਂਟਰੀ, ਵਿਜ਼ਟਰ ਵੀਜ਼ਾ, LMIAs ਐਂਡ ਸਪਾਊਸਲ ਵੀਜ਼ਾਸ, ਇਹ ਕਾਫੀ ਅੱਜ ਕੱਲ੍ਹ ਬਿਜ਼ੀ ਚੱਲ ਰਿਹਾ, ਇਹਨਾਂ ਦਾ ਸਭ ਫਾਈਲਿੰਗ ਵਗੈਰਾ ਬਿਜ਼ੀ ਚੱਲ ਰਹੀ ਆ। ਐਂਡ ਉਹਨਾਂ ਚੀਜ਼ਾਂ ਬਾਰੇ ਆਪਾਂ ਅੱਗੇ ਡਿਸਕਸ ਕਰਦੇ ਹਾਂ। ਬਿਲਕੁਲ ਜੀ, ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਸ ਵਕਤ ਕੈਨੇਡਾ ਦਾ ਪੂਰਾ ਇਮੀਗ੍ਰੇਸ਼ਨ ਸਿਸਟਮ ਹੀ ਕਾਫੀ ਬਿਜ਼ੀ ਚੱਲ ਰਿਹਾ, ਪੈਂਡੈਮਿਕ ਤੋਂ ਬਾਅਦ ਜਿਸ ਤਰੀਕੇ ਨਾਲ ਐਪਲੀਕੇਸ਼ਨਸ ਦਾ ਬੈਕਲੌਗ ਹੋਇਆ ਸੀ, ਹੌਲੀ ਹੌਲੀ ਹੁਣ ਜਿਵੇਂ ਇਮੀਗ੍ਰੇਸ਼ਨ ਖੇਤਰ ਵਿੱਚ ਕਿਹਾ ਜਾ ਰਿਹਾ, ਬੀਤੇ ਦਿਨੀ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਿ 2022 ਦੇ ਐਂਡ ਤੱਕ ਜਿਹੜੀਆਂ ਖਾਸ ਤੌਰ ਤੇ ਐਪਲੀਕੇਸ਼ਨਸ ਲੱਗੀਆਂ ਹੋਈਆਂ ਨੇ, ਕੋਸ਼ਿਸ਼ ਕੀਤੀ ਜਾਏਗੀ ਕਿ ਉਹਨਾਂ ਦਾ ਜਿਹੜਾ ਪ੍ਰੋਸੈਸ ਪੂਰਾ ਮੁਕੰਮਲ ਕਰ ਲਿਆ ਜਾਏ। ਸੋ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਬੈਕਲੌਗ ਆ 2022 ਦੇ ਐਂਡ ਤੱਕ ਕੁਝ ਹੱਦ ਤੱਕ ਇਸ ਨੂੰ ਕੀਤਾ ਜਾ ਸਕਦਾ? ਠੀਕ, ਦੇਖੋ ਜੀ, ਬੈਕਲੌਗ ਅਰਾਊਂਡ 2.6 ਮਿਲੀਅਨ ਫਾਈਲਸ ਆ, ਜਿਹਦੇ ਵਿੱਚ ਕਿ ਪਰਮਨੈਂਟ ਰੈਜ਼ੀਡੈਂਸੀ ਵੀ ਆ, ਇਨਸਾਈਡ ਕੈਨੇਡਾ ਆਊਟਸਾਈਡ ਕੈਨੇਡਾ ਦੋਨੋਂ ਮਿਲਾ ਕੇ। ਐਂਡ ਬਾਏ ਦਾ ਐਂਡ ਆਫ ਈਅਰ ਇਹਨਾਂ ਬੈਕਲੌਗ ਕਲੀਅਰ ਕਰਨਾ ਆਈ ਡੋਂਟ ਥਿੰਕ ਕਿ ਉਹ ਮੁਮਕਿਨ ਹੋਏਗਾ, ਬਟ ਮੋਸਟ ਆਫ ਦਾ ਐਪਲੀਕੇਸ਼ਨਸ ਵਿਲ ਬੀ ਕਲੀਅਰ। ਐਂਡ ਜਿੱਦਾਂ ਕਿ ਟੀਆਰ ਟੂ ਪੀਆਰ ਦੀ ਐਪਲੀਕੇਸ਼ਨ ਸੀਗੀਆਂ, ਤਾਂ ਉਹ ਐਪਲੀਕੇਸ਼ਨਸ, ਮੋਸਟ ਆਫ ਦਾ ਐਪਲੀਕੇਸ਼ਨਸ ਕਲੀਅਰ ਹੋ ਚੁੱਕੀਆਂ ਨੇ, ਐਂਡ ਜੋ ਵੀ ਪੈਂਡਿੰਗ ਨੇ ਉਹਨਾਂ ਦੇ ਰਿਜ਼ਲਟਸ ਕਾਫੀ ਵਧੀਆ ਆ ਰਹੇ ਨੇ, ਐਂਡ ਕਾਫੀ ਤੇਜ਼ੀ ਨਾਲ ਵੀ ਆ ਰਹੇ ਨੇ। ਸੋ ਜਿਵੇਂ ਤੁਸੀਂ ਕਿਹਾ ਕਿ ਕਾਫੀ ਤੇਜ਼ੀ ਨਾਲ ਰਿਜ਼ਲਟ ਵੀ ਆ ਰਹੇ ਨੇ, ਜਿਹਦੇ ਵਿੱਚ ਨੈਨੀਜ਼ ਵਾਲੇ ਵੀ ਹਮੇਸ਼ਾ ਸਾਨੂੰ ਕੁਐਸਚਨ ਪੁੱਟ ਕਰਦੇ ਨੇ ਕਿ 2019 ਤੋਂ ਸਾਡੀਆਂ ਫਾਈਲਸ ਲੱਗੀਆਂ ਹੋਈਆਂ ਸੀ, ਤੇ ਹੌਲੀ ਹੌਲੀ ਕਰਕੇ ਕੀ ਸਰਕਾਰ ਇਹਨਾਂ ਦੇ ਬਾਰੇ ਵਿੱਚ ਵੀ ਹੁਣ ਕੁਝ ਸੋਚ ਰਹੀ ਆ? ਐਕਚੁਅਲੀ ਤੌਰ ਤੇ ਦੇਖਿਆ ਜਾਵੇ ਤਾਂ ਜੋ ਨੈਨੀ ਦਾ ਪਾਇਲਟ ਪ੍ਰੋਗਰਾਮ ਆ, ਜੋ ਕਿ ਲਿਵ ਇਨ ਕੇਅਰ ਗਿਵਰ ਐਂਡ ਚਾਈਲਡ ਕੇਅਰ ਪ੍ਰੋਵਾਈਡਰ ਨੇ, ਉਹਨਾਂ ਦੇ ਉੱਤੇ ਟਾਈਮ ਪੀਰੀਅਡ ਗਵਰਨਮੈਂਟ ਨੇ ਕੋਈ ਵੀ ਨਹੀਂ ਦਿੱਤਾ ਹੋਇਆ। ਇਮੀਗ੍ਰੇਸ਼ਨ ਵੱਲੋਂ ਜੇਕਰ ਆਪਾਂ ਆਨਲਾਈਨ ਚੈੱਕ ਵੀ ਕਰਦੇ ਹਾਂ ਤਾਂ ਉੱਥੇ ਟਾਈਮ ਪੀਰੀਅਡ ਅਨਨੋਨ ਸ਼ੋ ਕਰਦਾ ਹੈ। ਓਕੇ, ਤਾਂ ਉਸ ਟਾਈਮ ਪੀਰੀਅਡ ਬਾਰੇ ਕੁਝ ਕਮੈਂਟ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਤੇ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਰਾਈਟ ਨਾਓ, ਥੋੜਾ ਜਿਹਾ ਐਕਸਪ੍ਰੈਸ ਐਂਟਰੀ ਵੱਲ ਵੀ ਅਸੀਂ ਜਾਣੇ ਆ ਧਿਆਨ ਦਿੰਦੇ ਹਾਂ। ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਰੀਸੈਂਟਲੀ ਡਰਾਅ ਨਿਕਲਿਆ ਸੀ, ਪਹਿਲਾਂ 5-11 ਤੇ ਨਿਕਲਿਆ ਸੀ, ਫਿਰ ਇਸ ਨੂੰ ਠੀਕ ਕਰਕੇ 5-10 ਕਰ ਦਿੱਤਾ ਗਿਆ, ਤੇ ਅਰਾਊਂਡ 3250 ਇਨਵੀਟੇਸ਼ਨਸ ਦਿੱਤੇ ਗਏ ਨੇ। ਸੋ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਤੁਹਾਨੂੰ ਲੱਗਦਾ ਕਿ ਸਾਲ ਦੇ ਐਂਡ ਤੱਕ ਇਹ ਸਕੋਰਸ ਥੋੜਾ ਨੀਚੇ ਜਾ ਸਕਦੇ ਆ, 500 ਤੋਂ ਨੀਚੇ ਆ ਸਕਦੇ ਆ? ਦੇਖੋ ਜੀ, ਹਾਲੇ ਜੋ ਰੂਮਰਸ ਆ ਰਹੇ ਨੇ ਕਿ ਇੱਕ ਪਰਮਾਨੈਂਟ ਪ੍ਰੋਗਰਾਮ ਲਾਂਚ ਕੀਤਾ ਜਾਏਗਾ ਗਵਰਨਮੈਂਟ ਵੱਲੋਂ, ਇਮੀਗ੍ਰੇਸ਼ਨ ਵੱਲੋਂ, ਐਂਡ IRCC ਜੇਕਰ ਕਿਸੇ ਪਰਮਾਨੈਂਟ ਪ੍ਰੋਗਰਾਮ ਦੇ ਨਾਲ ਆਉਂਦੀ ਆ, ਦੈਨ ਫਿਰ ਐਕਸਪ੍ਰੈਸ ਐਂਟਰੀ ਦਾ ਸਕੋਰ ਥੋੜਾ ਡਾਊਨ ਜਾਣ ਦੀ ਉਮੀਦ ਕੀਤੀ ਜਾ ਸਕਦੀ ਆ, ਬਿਕੋਜ਼ ਕਾਫੀ ਐਪਲੀਕੇਸ਼ਨਸ ਹੋਣਗੀਆਂ ਜਿਹੜੀਆਂ ਕਿ ਉੱਧਰ ਨਿਕਲ ਜਾਣਗੀਆਂ। ਬਾਕੀ ਡਿਪੈਂਡ ਕਰਦਾ ਕਿ ਜੇਕਰ ਪਰਮਾਨੈਂਟ ਪ੍ਰੋਗਰਾਮ ਜੇ ਕੋਈ ਲੈ ਕੇ ਆ ਰਹੇ ਨੇ ਤਾਂ ਉਹਦੇ ਉੱਤੇ ਕੈਪ ਕਿੰਨੀ ਆ ਜਾਂ ਉੱਤੇ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੋਏਗਾ, ਉਹ ਚੀਜ਼ਾਂ ਵੀ ਕਾਫੀ ਮੈਟਰ ਕਰਦੀਆਂ ਨੇ, ਐਂਡ ਇਸ ਸਭ ਚੀਜ਼ ਨਾਲ ਐਕਸਪ੍ਰੈਸ ਐਂਟਰੀ ਦੇ ਸਕੋਰ ਤੇ ਵੀ ਇਫੈਕਟ ਹੋਏਗਾ। ਸੋ ਜਿਵੇਂ ਤੁਸੀਂ ਕਿਹਾ ਕਿ ਇੱਕ ਨਿਊ ਪ੍ਰੋਗਰਾਮ ਸਰਕਾਰ ਲੈ ਕੇ ਆ ਸਕਦੀ ਆ, ਇਸ ਦਾ ਐਡਵਾਂਟੇਜ ਕਿਹਨਾਂ ਨੂੰ ਮਿਲ ਸਕਦਾ ਆ? ਨਾਰਮਲੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰਸ, ਹਾਂਜੀ, ਸਪੈਸੀਫਿਕਲੀ ਉਹਨਾਂ ਲਈ ਹੋਏਗਾ, ਜਾਂ ਫਿਰ ਆਪਾਂ ਕਹਿ ਸਕਦੇ ਹੈਲਥ ਕੇਅਰ ਵਰਕਰਸ ਜਾਂ ਜਿਹੜੇ ਇਨ ਡਿਮਾਂਡ ਵਰਕਰਸ ਨੇ, ਉਹਨਾਂ ਨੂੰ ਕਾਫੀ ਬੈਨੀਫਿਟ ਹੋ ਸਕਦਾ ਇਸ ਪ੍ਰੋਗਰਾਮ। ਮਤਲਬ ਆਕਿਊਪੇਸ਼ਨ ਬੇਸਡ ਇਸ ਵਾਰੀ ਜ਼ਿਆਦਾ ਇਹਦੇ ਤੇ ਫੋਕਸ ਕੀਤਾ ਜਾਏਗਾ? ਜੋ ਹਾਲੇ ਤੱਕ ਅਸੀਂ ਐਨਾਲਾਈਜ਼ ਕੀਤਾ ਹੈ ਮਾਰਕੀਟ ਤੋਂ, ਜੋ ਅਸੀਂ ਲਾਈਕ ਪੁਰਾਣੀਆਂ ਐਪਲੀਕੇਸ਼ਨਸ ਜਾਂ ਪੁਰਾਣੇ ਪ੍ਰੋਗਰਾਮਸ ਤੋਂ ਐਨਾਲਾਈਜ਼ ਕੀਤਾ, ਤਾਂ ਇਹੀ ਲੱਗ ਰਿਹਾ ਕਿ ਹਾਂਜੀ ਆਕਿਊਪੇਸ਼ਨ ਸਪੈਸੀਫਿਕ ਹੀ ਹੋਏਗਾ ਉਹ। ਇਮੀਗ੍ਰੇਸ਼ਨ ਮਾਰਕੀਟ 'ਚ ਇਸ ਵਕਤ ਕਾਫੀ ਰਿਊਮਰ ਸੀਗੇ ਕਿ TR ਟੂ PR ਵਰਗਾ ਹੀ ਨਵਾਂ ਪ੍ਰੋਗਰਾਮ ਆਏਗਾ, ਸੋ ਤੁਹਾਨੂੰ ਲੱਗਦਾ ਕਿ ਉਸ ਅਕੋਰਡਿੰਗ 75 ਤੇ ਕੋਈ ਡਰਾ ਨਿਕਲੇਗਾ, ਜਾਂ ਫਿਰ ਤੁਹਾਨੂੰ ਲੱਗਦਾ ਕਿ ਇਹ ਉਹਦੇ ਨਾਲੋਂ ਕੁਝ ਵੱਖਰਾ ਹੋਏਗਾ ਕਿ ਸੇਮ ਨਹੀਂ ਹੋਏਗਾ? ਇਸ ਪੁਆਇੰਟ ਤੇ ਕਹਿਣਾ ਮੁਸ਼ਕਲ ਹੋਇਆ ਕਿ TR ਟੂ PR ਹੀ ਆਏਗਾ, ਬਟ ਯੂ ਨੈਵਰ ਨੋ ਕੀ ਹੋ ਸਕਦਾ ਐਂਡ ਕਿੱਦਾਂ ਦਾ ਕੁਛ ਹੋਏਗਾ, ਕਿਉਂਕਿ ਜੇਕਰ ਪਰਮਾਨੈਂਟ ਪ੍ਰੋਗਰਾਮ ਦੀ ਕੋਈ ਗੱਲ ਕਰੀਏ ਤਾਂ ਫੋਰ ਐਗਜ਼ਾਮਪਲ ਕੁਛ ਸਾਲ ਪਹਿਲਾਂ ਸੀ ਟੋਟਲੀ ਡਿਫਰੈਂਟ ਪ੍ਰੋਗਰਾਮ ਸੀਗਾ, ਦੈਨ ਫਿਰ ਉਹ ਐਕਸਪ੍ਰੈਸ ਐਂਟਰੀ ਅੰਡਰ ਆ ਗਿਆ,
ਤਾਂ ਹੋ ਸਕਦਾ ਹੈ ਕੁਝ ਉਦਾਂ ਦਾ ਪ੍ਰੋਗਰਾਮ ਹੋਵੇ ਜਾਂ ਕੋਈ ਪਾਇਲਟ ਪ੍ਰੋਜੈਕਟ ਨਵਾਂ ਆਵੇ ਜਾਂ ਕਿਸੇ ਪਾਇਲਟ ਪ੍ਰੋਗਰਾਮ ਨੂੰ ਪਰਮਨੈਂਟ ਕਰ ਦਿੱਤਾ ਜਾਵੇ ਤਾਂ ਉਹ ਫਿਰ ਹੁਣ ਟਾਈਮ ਦੇ ਨਾਲ ਹੀ ਪਤਾ ਚੱਲੇਗਾ ਕਿ IRCC ਕੀ ਨਵਾਂ ਲੈ ਕੇ ਆ ਰਿਹਾ ਹੈ। ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਰਾਈਟ ਨਾਓ ਸਟੂਡੈਂਟਸ ਦੇ ਲਈ ਮੈਂ ਆਪਸ਼ਨਸ ਬਾਰੇ ਜ਼ਰੂਰ ਜਾਣਨਾ ਚਾਹੂੰਗੀ ਕਿਉਂਕਿ ਇਸ ਵਕਤ ਸਕੋਰ ਵੀ ਬਹੁਤ ਜ਼ਿਆਦਾ ਜਾ ਰਹੇ ਨੇ ਤੇ ਸਟੂਡੈਂਟਸ ਦਾ ਇੰਨੇ ਪੁਆਇੰਟਸ ਤੱਕ ਮੀਟ ਕਰਨਾ ਖਾਸ ਤੌਰ ਤੇ ਜਿਹੜੇ ਅੰਡਰ ਗ੍ਰੈਜੂਏਟ ਸਟੂਡੈਂਟਸ ਇੱਥੇ ਆ ਰਹੇ ਨੇ ਸੋ ਉਹਨਾਂ ਦੇ ਲਈ ਫਿਰ PR ਦੇ ਕੀ ਆਪਸ਼ਨਸ ਬਚਦੇ ਨੇ ਕਿਉਂਕਿ ਜਿਹੜਾ ਵੀ ਆਉਂਦਾ ਕੈਨੇਡਾ ਵਿੱਚ ਲਾਸਟ ਉਹਨਾਂ ਦਾ ਆਪਸ਼ਨ ਇਹੀ ਹੁੰਦਾ ਹੈ ਕਿ ਅਸੀਂ PR ਲੈਣੀ ਹੈ ਇੱਥੇ। ਬਿਲਕੁਲ ਜੀ, ਸਟੂਡੈਂਟ ਦਾ ਇੱਕ ਲਾਸਟ ਸਟੈਪ ਇਹੀ ਹੁੰਦਾ ਹੈ ਕਿ PR ਤੱਕ ਪਹੁੰਚ ਜਾਈਏ ਐਂਡ ਦੈਨ ਫਿਰ ਲਾਈਫ ਸੈਟਲ ਹੁੰਦੀ ਹੈ। ਐਂਡ ਜਿਹੜੇ ਅੰਡਰ ਗ੍ਰੈਜੂਏਟ ਸਟੂਡੈਂਟਸ ਨੇ ਉਹਨਾਂ ਲਈ ਆਪਾਂ PNPs ਦੇ ਆਪਸ਼ਨ ਕਾਫੀ ਦੇਖ ਸਕਦੇ ਹਾਂ ਜਿੱਦਾਂ ਓਨਟੈਰੀਓ ਦੇ ਵਿੱਚ ਆਪਣੇ ਸਕਿੱਲ ਡਿਮਾਂਡ ਸਕਿੱਲ ਟ੍ਰੇਡ ਦੇ ਵਿੱਚ ਚੱਲ ਰਿਹਾ, ਇਨ ਡਿਮਾਂਡ ਸਟ੍ਰੀਮ ਚੱਲ ਰਿਹਾ। ਸਕਿੱਲ ਟ੍ਰੇਡ ਦੀ ਜੇਕਰ ਗੱਲ ਕੀਤੀ ਜਾਵੇ ਓਨਟੈਰੀਓ ਦੇ ਵਿੱਚ ਆਲਮੋਸਟ ਐਵਰੀ ਮੰਥ ਦਿਸ ਈਅਰ ਦੇਰ ਇਜ਼ ਅ ਡਰਾਅ, ਲਾਈਕ ਐਵਰੀ ਮੰਥ ਡਰਾਅ ਐਂਡ ਕਾਫੀ ਲੋ ਸਕੋਰਸ ਦੇ ਉੱਪਰ ਆ। ਐਕਸਪ੍ਰੈਸ ਐਂਟਰੀ ਬੇਸਡ PNP ਹੈ ਐਂਡ ਉਹਦੀ ਪ੍ਰੋਸੈਸਿੰਗ ਵੀ ਕਾਫੀ ਫਾਸਟ ਰਹਿੰਦੀ ਆ ਤੇ ਉਹਦੇ ਵਿੱਚ ਕਾਫੀ ਲਾਈਕ ਸਕਸੈਸ ਰੇਟ ਰਿਹਾ ਸਾਡੀਆਂ ਕਾਫੀ ਐਪਲੀਕੇਸ਼ਨਸ ਜੋ ਰੀਸੈਂਟ ਕਲੀਅਰ ਹੋਈਆਂ ਨੇ। ਬਟ ਉਹ ਸਿਰਫ ਇਹੀ ਹੈ ਕਿ ਉਹ ਆਕੂਪੇਸ਼ਨ ਸਪੈਸੀਫਿਕ ਹੈ, ਨੌਕ ਕੋਡ ਸਪੈਸੀਫਿਕ ਨੇ ਐਂਡ ਇੱਕ ਸਪੈਸੀਫਿਕ ਨੌਕ ਕੋਡਸ ਅੰਡਰ ਹੀ ਆਪਾਂ ਅਪਲਾਈ ਕਰ ਸਕਦੇ ਹਾਂ। ਐਂਡ ਸਟੂਡੈਂਟਸ ਨੂੰ ਇਸ ਚੀਜ਼ ਤੋਂ ਵੀ ਇੱਕ ਰਿਲਾਈਜ਼ ਮਿਲੇਗਾ ਕਿ ਰਿਲੀਫ ਮਿਲੇਗਾ ਕਿ ਉਹਦੇ ਵਿੱਚ ਇੰਪਲੋਇਰ ਰਿਕੁਆਇਰਮੈਂਟ ਕੋਈ ਜ਼ਿਆਦਾ ਨਹੀਂ ਹੈ। ਓਕੇ, ਹਾਂਜੀ। ਸੋ ਜਿਵੇਂ ਤੁਸੀਂ ਇਹਦੀ ਗੱਲ ਕੀਤੀ ਆ, ਕਈ ਵਾਰੀ ਇਦਾਂ ਹੁੰਦਾ ਕਿ ਸਟੂਡੈਂਟਸ ਜਿਹੜੇ ਓਨਟੈਰੀਓ ਤੋਂ ਬਾਹਰ ਦਾ ਕੋਈ ਆਪਸ਼ਨਸ ਹੀ ਨਹੀਂ ਦੇਖਦੇ ਹੈਗੇ, ਸੋ ਇੱਥੇ ਵੀ ਜਿਹੜਾ PNP ਦਾ ਨੰਬਰ ਹੈਗੇ ਉਹ ਵੀ ਬਹੁਤ ਲਿਮਿਟਿਡ ਆ, ਜਦਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇਖੀ ਜਾਵੇ ਓਨਟੈਰੀਓ 'ਚ ਬਹੁਤ ਜ਼ਿਆਦਾ। ਐਸੇ ਵਿੱਚ ਤੁਸੀਂ ਆਊਟ ਆਫ ਓਨਟੈਰੀਓ ਕੀ ਆਪਸ਼ਨਸ ਦਿੰਦੇ ਹੋ, ਕਿੱਥੇ ਕਿਹੜੀਆਂ ਪ੍ਰੋਵਿੰਸਸ ਹੈਗੀਆਂ ਨੇ ਜਿੱਥੇ ਤੁਹਾਨੂੰ ਜ਼ਿਆਦਾ ਈਜ਼ੀ ਵੇ ਨਾਲ ਜਿਹੜੀਆਂ PR ਮਿਲ ਸਕਦੀ ਆ? ਓਨਟੈਰੀਓ ਤੋਂ ਬਾਹਰ ਜੇਕਰ ਦੇਖਿਆ ਜਾਵੇ ਕਾਫੀ ਪ੍ਰੋਵਿੰਸਸ ਨੇ ਲਾਈਕ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਸਸਕੈਚੁਅਨ, ਅਲਬਰਟਾ, ਵਿਨੀਪੈਗ। ਆਲਮੋਸਟ ਹਰ ਇੱਕ ਪ੍ਰੋਵਿੰਸ ਦੇ ਵਿੱਚ ਅਲੱਗ ਅਲੱਗ ਪ੍ਰੋਗਰਾਮਸ, ਅਲੱਗ ਅਲੱਗ ਪਾਇਲਟ ਪ੍ਰੋਗਰਾਮਸ, PNPs, ਜੋਬ ਆਫਰਸ, ਕਾਫੀ ਕੁਛ ਅਵੇਲੇਬਲ ਹੈ। ਜੇਕਰ ਦੇਖਿਆ ਜਾਵੇ ਨਿਊ ਬ੍ਰੰਸਵਿਕ ਔਰ ਨੋਵਾ ਸਕੋਸ਼ੀਆ ਹੋ ਗਿਆ, ਇੱਥੇ ਆਫਟਰ 1 ਈਅਰ ਆਫ ਐਕਸਪੀਰੀਅੰਸ ਯੂ ਕੈਨ ਫਾਈਲ ਯੂਰ PNP ਐਂਡ ਆਫਟਰ ਦੈਟ ਦੈਟ ਇਜ਼ ਐਕਸਪ੍ਰੈਸ ਐਂਟਰੀ ਬੇਸਡ ਐਂਡ ਦ ਇਕੋਨਮਿਕ ਕਲਾਸ ਐਜ਼ ਵੈਲ। ਸੋ ਡਿਪੈਂਡਿੰਗ ਔਨ ਯੂਅਰ ਜੋਬ ਪੋਜੀਸ਼ਨ ਐਂਡ ਡਿਪੈਂਡਿੰਗ ਔਨ ਯੂਅਰ ਐਕਸਪੀਰੀਅੰਸ ਆਪਾਂ ਉਹ ਚੀਜ਼ ਵੀ ਅਵੇਲੇਬਲ ਕਰ ਸਕਦੇ ਹਾਂ। ਜੇਕਰ ਅਲਬਰਟਾ ਦੀ ਜਾਂ ਵਿਨੀਪੈਗ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਲਾਈਕ ਉਹਨਾਂ ਪ੍ਰੋਵਿੰਸਸ ਦੇ ਵਿੱਚ ਜੇਕਰ ਤੁਸੀਂ ਉੱਥੇ ਸਟੱਡੀ ਕੀਤੀ ਹੋਈ ਹੈ ਤਾਂ ਆਫਟਰ 6 ਮੰਥ ਤੁਸੀਂ PNP ਅਪਲਾਈ ਕਰ ਸਕਦੇ ਹੋ। ਸੋ ਤੁਸੀਂ PNP ਦੀ ਜਿਵੇਂ ਗੱਲ ਕੀਤੀ ਹੈ, PNP ਦੀ ਰਿਕੁਆਇਰਮੈਂਟ ਕੀ ਹੁੰਦੀਆਂ ਨੇ? ਰਿਕੁਆਇਰਮੈਂਟਸ ਡਿਫਰੈਂਟ ਨੇ, ਡਿਫਰੈਂਟ ਪ੍ਰੋਗਰਾਮਸ ਨੇ। ਲਾਈਕ ਫੋਰ ਐਗਜ਼ਾਮਪਲ ਜੇਕਰ ਆਪਾਂ ਦੇਖੀਏ ਓਨਟੈਰੀਓ ਦੇ ਵਿੱਚ ਦੇਰ ਆਰ ਆਲਮੋਸਟ 6 ਤੋਂ 7 ਸਟ੍ਰੀਮਸ ਫੋਰ PNP। ਹਾਂਜੀ, ਉਹਨਾਂ ਵਿੱਚ ਜੇਕਰ ਆਪਾਂ ਸਕਿੱਲ ਟ੍ਰੇਡ ਦੀ ਗੱਲ ਕਰਦੇ ਹਾਂ ਦੈਨ ਨੋਰਮਲ ਨੌਕ ਆਊਟ ਸਪੈਸੀਫਿਕ ਹੋ ਗਿਆ, ਇਨ ਡਿਮਾਂਡ ਦੀ ਗੱਲ ਕਰੀਏ ਉਹ ਵੀ ਨੌਕ ਆਊਟ ਸਪੈਸੀਫਿਕ ਹੈ, ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਐਕਸਪੀਰੀਅੰਸ ਕੋਈ ਰਿਕੁਆਇਰਡ ਨਹੀਂ ਆ, ਇੰਪਲੋਇਰ ਦੇ ਬੇਸਡ ਹੁੰਦੀ ਆ, ਇੰਪਲੋਇਰ ਜੋਬ ਆਫਰ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਐਂਡ ਫੋਰਨ ਵਰਕਰ ਸਟ੍ਰੀਮ ਵੀ ਇੱਕ ਸੇਮ ਕੈਟਾਗਰੀ ਆ, ਇੰਪਲੋਇਰ ਬੇਸਡ ਹੁੰਦੀ ਆ ਉਹ ਵੀ। ਲਾਈਕ ਮਾਸਟਰ ਗ੍ਰੈਜੂਏਟ ਸਟ੍ਰੀਮ ਹੈ ਉਹਦੇ ਵਿੱਚ ਵੀ ਜੇ ਉਹ ਬੱਚੇ ਇੱਥੇ ਮਾਸਟਰਸ ਕਰ ਰਹੇ ਨੇ ਉਹਨਾਂ ਲਈ ਕਾਫੀ ਬੈਟਰ ਆਪਸ਼ਨਸ ਹੁੰਦੇ ਆ। ਤਾਂ ਇਸੇ ਤਰ੍ਹਾਂ ਕਾਫੀ ਪ੍ਰੋਵਿੰਸਸ ਜਿੱਦਾਂ ਕਿ ਮੈਨੀਟੋਬਾ ਐਂਡ ਅਲਬਰਟਾ ਦੇ ਵਿੱਚ LMIA ਬੇਸਡ PNPs ਆ, ਉੱਥੇ ਜਿਨ੍ਹਾਂ ਨੇ ਸਟੱਡੀ ਜਿਹੜੇ ਸਟੂਡੈਂਟਸ ਨੇ ਅਲਬਰਟਾ 'ਚ ਕੀਤੀ ਆ ਉਹਨਾਂ ਲਈ ਅਲੱਗ ਆਪਸ਼ਨਸ ਨੇ, ਤੁਸੀਂ ਇੱਥੋਂ ਮੂਵ ਕਰ ਰਹੇ ਹੋ ਤਾਂ ਅਲੱਗ ਆਪਸ਼ਨ ਹੈ। ਐਂਡ ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਸਾਰੇ ਲਾਈਕ PNPs ਲਈ ਡਿਫਰੈਂਟ ਰਿਕੁਆਇਰਮੈਂਟਸ ਹੈਗੀਆਂ ਨੇ ਉਹਨਾਂ ਦੀਆਂ। ਸੋ ਇਹ ਲੱਗਦਾ ਕਿ ਇਸ ਵਕਤ ਕੈਨੇਡੀਅਨ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਹੈਗਾ ਉਹ ਇਨ ਕੈਨੇਡਾ ਜਿਹੜੇ ਲੋਕ ਹੈਗੇ ਉਹਨਾਂ ਉੱਤੇ ਜ਼ਿਆਦਾ ਫੋਕਸ ਕਰ ਰਿਹਾ, ਜਿਵੇਂ ਹੁਣ ਖਾਸ ਤੌਰ 'ਤੇ ਵਿਜ਼ਟਰਸ ਦੇ ਲਈ ਵੀ ਇੱਕ ਡਰਾਇ ਕਵਾਂਗੇ ਨਿਕਲਿਆ ਉਹਨਾਂ ਲਈ ਕਿ ਅਗਲੇ ਸਾਲ ਤੱਕ ਉਹ ਆਪਣੀ ਜਿਹੜੇ ਵਿਜ਼ਟਰਸ ਨੇ ਉਹ ਵਰਕ ਪਰਮਿਟ ਲਈ ਐਪਲੀਕੇਸ਼ਨ ਫਾਈਲ ਕਰ ਸਕਦੇ ਨੇ। ਯੈਸ, LMIA ਬੇਸਡ ਵਰਕ ਪਰਮਿਟ ਸੋ ਅਪਲਾਈ ਕਰ ਸਕਦੇ ਨੇ। ਓਕੇ, ਐਂਡ ਵਿਜ਼ਟਰ ਲਈ ਅੱਜ ਦੇ ਟਾਈਮ ਦੇ ਵਿੱਚ ਕਾਫੀ ਵਧੀਆ ਟਾਈਮ ਆ, ਬਿਕੋਜ਼ ਵਿਜ਼ਟਰਸ ਲਈ ਆਪਸ਼ਨਸ ਵਰਕ ਪਰਮਿਟ ਐਂਡ ਸਟੱਡੀ ਪਰਮਿਟ। ਓਕੇ, ਜੇਕਰ ਕੋਈ ਯੰਗ ਏਜ ਦੇ ਵਿੱਚ ਆ, ਵਿਜ਼ਟਰ ਪਰਮਿਟ ਆਲਰੇਡੀ ਮਿਲ ਗਿਆ, ਵਿਜ਼ਟਰ ਇੱਥੇ ਆਏ ਹੋਏ ਨੇ, ਉਹਨਾਂ ਨੇ ਸਟੱਡੀ ਪਰਮਿਟ ਦੇ ਵਿੱਚ ਕਨਵਰਟ ਕਰਾਉਣਾ ਕਾਫੀ ਈਜ਼ੀ ਆ, ਐਂਡ ਸਟੱਡੀ ਤੋਂ ਬਾਅਦ ਸਿੰਪਲ ਐਜ਼ ਅ ਨਾਰਮਲ ਇੰਟਰਨੈਸ਼ਨਲ ਸਟੂਡੈਂਟ ਉਹ ਕੰਟੀਨਿਊ ਕਰ ਸਕਦੇ ਨੇ। ਕਿਸੇ ਵੀ ਪਬਲਿਕ ਕਾਲਜ ਦੇ ਵਿੱਚ ਤੁਸੀਂ ਸਟੱਡੀ ਕਰੋ, ਦੈਨ ਪੋਸਟ ਗ੍ਰੈਜੂਏਟ ਵਰਕ ਪਰਮਿਟ, ਦੈਨ PR, ਇੱਕ ਈਜ਼ੀ ਵੇ ਹੋ ਜਾਂਦਾ ਰੈਜ਼ੀਡੈਂਸੀ ਲਈ। ਇੰਡੀਆ ਦੇ ਵਿੱਚ ਇਹ ਚੀਜ਼ਾਂ ਬਹੁਤ ਅਫਵਾਹਾਂ ਉੱਡ ਰਹੀਆਂ ਨੇ, ਖਾਸ ਤੌਰ 'ਤੇ ਕਿ ਕੈਨੇਡਾ ਨੇ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ। ਇਸ ਵਕਤ ਇੰਡੀਅਨ ਸਟੂਡੈਂਟਸ ਨੂੰ ਖਾਸ ਤੌਰ 'ਤੇ ਐਡਮਿਸ਼ਨ ਨਹੀਂ ਮਿਲ ਰਹੀ, ਸੋ ਇਹਦੇ ਬਾਰੇ ਦੱਸੋ ਕਿ ਵਾਕਈ ਇੱਦਾਂ ਹੋ ਰਿਹਾ ਕਿ ਇੰਡੀਅਨ ਸਟੂਡੈਂਟਸ ਨੂੰ ਇੱਥੇ ਐਡਮਿਸ਼ਨ ਨਹੀਂ ਮਿਲ ਰਹੀ। ਨੂੰ ਲੈ ਕੇ ਬਿਲਕੁਲ ਥੋੜ੍ਹਾ ਡਿਲੇ ਚੱਲ ਰਿਹਾ, ਡਿਲੇ ਵੀ ਨਹੀਂ ਆਪਾਂ ਕਹਿ ਰਹੇ ਕਿ ਬੈਕਲੌਗ ਕਾਫੀ ਚੱਲ ਰਿਹਾ, ਬੈਕਲੌਗ। ਤਾਂ ਕਾਲਜਸ ਬਹੁਤ ਲਿਮਿਟਿਡ ਨੇ ਜੋ ਕਿ ਬੱਚੇ ਚੂਜ਼ ਕਰ ਰਹੇ ਨੇ ਜਿਨ੍ਹਾਂ ਵਿੱਚੋਂ, ਐਂਡ ਬੱਚਿਆਂ ਦੀ ਮੇਨ ਚੋਇਸ ਜੋ ਰਹਿ ਗਈ ਆ ਉਹ ਲਾਈਕ ਜਾਂ ਤਾਂ ਆਪਣੇ ਆਪਾਂ ਟੋਰਾਂਟੋ ਦੀ ਗੱਲ ਕਰੀਏ ਤਾਂ GTA ਏਰੀਆ ਹੀ ਚਾਹੀਦਾ, ਤਾਂ ਬੱਚੇ ਬਿਲਕੁਲ ਵੀ ਬਾਹਰ ਦੇ ਕਿਸੇ ਕਾਲਜ ਨੂੰ ਪਸੰਦ ਨਹੀਂ ਕਰ ਰਹੇ, ਉੱਥੇ ਰਹਿਣਾ ਪਸੰਦ ਨਹੀਂ ਕਰ ਰਹੇ, ਤਾਂ ਉਸ ਚੀਜ਼ ਕਰਕੇ GTA ਦੇ ਵਿੱਚ ਕਾਫੀ ਸੀਟਸ ਦਾ ਚੱਕਰ ਚੱਲ ਰਿਹਾ ਕਿ
यही एडवाइस होएगी कि तुसी ट्राई करो कि डिफरेंट प्रोविंसेस दे विच जाओ, क्योंकि हुन नॉर्मल जेकर देखे जाए अल्बर्टा जां विनीपेग दे विच जेड़ा भी स्टूडेंट स्टडी कर रहा है इवन आफ्टर प्लस टू आफ्टर ट्वेल्थ ग्रेड ट्वेल्व जेकर आप वन ईयर पोस्ट सेकेंडरी डिप्लोमा भी कर रहे हैं इवन दैन वी कैन अप्लाई फॉर रेजिडेंसी आफ्टर सिक्स मंथ्स तो एक बैटर ऑप्शन होंगे है तो उनके नाल स्टूडेंट की लाइक फीस दे विच भी उन्हें हेल्प होएगी बिकॉज ऑलरेडी वन ईयर प्रोग्राम है So you are saving 1 year's fees and after that, after 6 months, you can apply for residency. You don't need to go for LMIA and other stuff, right? And jikkar iddan de options apne kole hege ya, toh why not? Toh poh cheez bhi try kar saakde ya and oh provinces bhi good ne. Jadho aap pahuthe jaake dekhde ya, asi kaafi students odar bhejje ne. Asi Nova Scotia bhi karde ya, asi New Brunswick, Alberta, Manitoba, BC. हर एक पास आप स्टूडेंट्स कर रहे हैं एंड स्टूडेंट्स बड़े खुश भी नहीं होना चीजा तो मैं इस तो पहला कि अपने नेक्स्ट टॉपिक के ऊपर आवां थोड़ी अपनी सर्विसेज बारे भी दस दियो कि सर्विसेज प्रोवाइड करवाने हो ते कनाडा विच किथे-किथे करवांदे हो बिल्कुल जी अपने नॉर्मल विजिटर वीजा तो लेके विजिटर स्टडी वर्क परमिट LMIA स्पाउसल एप्लीकेशंस रेजिडेंसी एप्लीकेशंस एक्सप्रेस एंट्रीज पायलट प्रोग्राम ये सब सर्विसेज आप प्रोवाइड करते हैं जस्ट एक asylum or refugee cases apan nahi karde hage so ji main tusi dassya na services de bare vich tusi kya ke tusi out of ontario vi bahut sare students nu utthe admission leke ditti hai te they are happy utthe vadhiya kam kar rahe ne so jado options di gall aundi apan visitors de utthe wapas aaiye tusi kya ke work permit vich applications lag sakdi ne ede layi ki ki requirement ho sakdi hai te age limit wagera ya IELTS di ki requirement ho sakdi hai in de vich age limit ja IELTS depending on your job offer okay हाँ जी जिदा का जॉब ऑफर तुम्हें मिल रहा उदा की प्रोफाइल के अकॉर्डिंग जॉब ऑफर तुम देखो एंड जो कंपनी तुम्हें LMIA दे रही है उन्होंने की रिक्वायरमेंट है तो उनके बेस के उपर उस चीज़ को आप एनालाइज कर सकते हैं जेकर फॉर एग्जाम्पल को ग्रेजुएशन है तो एक्सपीरियंस है मैनेजमेंट का एक्सपीरियंस है ज कोई भी मैनेजमेंट एडमिनिस्ट्रेशन का एक्सपीरियंस है तो दैन तुम ऑफिस एडमिन की LMIA मान के चलो भी थोड़े लिए ज़्यादा बैटर रहेगी एंड सेम फील्ड जॉब करो ਤੁਹਾਡੇ ਕੋਲੇ ਆਲਰੇਡੀ ਐਕਸਪੀਰੀਅੰਸ ਹੈਗਾ ਉਸ ਚੀਜ਼ ਦਾ ਐਂਡ ਉਹ ਰੈਜ਼ੀਡੈਂਸੀ ਵਿੱਚ ਵੀ ਹੈਲਪ ਹੋਏਗੀ ਐਂਡ ਵਰਕ ਪਰਮਿਟ ਵੀ ਈਜ਼ਲੀ ਹੋ ਜਾਏਗਾ ਕਿਉਂਕਿ IRCC ਨੂੰ ਆਪਾਂ ਸ਼ੋਅ ਕਰ ਸਕਦੇ ਹਾਂ ਕਿ ਅਸੀਂ ਸੇਮ ਫੀਲਡ ਨੇ ਤਾਂ ਕਰਕੇ ਸਾਨੂੰ ਆਫਰ ਮਿਲਿਆ ਐਂਡ ਵਿਜ਼ਿਟਰਸ ਲਈ ਇੱਕ ਅਨਦਰ ਆਪਸ਼ਨ ਲਾਈਕ ਸਟੱਡੀ ਪਰਮਿਟ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਉਸ ਚੀਜ਼ ਵਿੱਚ ਵੀ ਇੱਕ ਕਾਫੀ ਬੈਨੀਫਿਟ ਮਿਲਦਾ ਹੈ ਵਿਜ਼ਿਟਰ ਪਰਮਿਟ ਹੋਲਡਰ ਨੂੰ ਬਿਕੋਜ਼ ਉਹ ਵੀ ਇੱਕ ਈਜ਼ੀ ਵੇ ਰਹਿੰਦਾ ਹੈ ਰੈਜ਼ੀਡੈਂਸੀ ਲਈ ਗੈਪ ਕਿੰਨਾ ਕੁ ਮੈਟਰ ਕਰਦਾ ਜਾਂ ਕਿੰਨੇ ਕੁ ਚਿਰ ਦਾ ਗੈਪ ਜਿਹੜਾ ਉਹ ਐਕਸੈਪਟੇਬਲ ਹੈ ਫॉर ਸਟੱਡੀ ਪਰਮਿਟ ਗੈਪ एक साल तो ज्यादा जिक्र होवे दैट माइट बी अ प्रॉब्लम बट ओही चीज है कि जिक्र उस गैप दे विच आपा कोई जॉब कीती है जा अपना कोई वैलिड रीजन रहा कि वो गैप क्यों है आपा उस चीज नु एक्सप्लेन कर सकदे हैं तो IRCC भी उस चीज नु कंसीडर कर लेंदी है जिक्र आपा प्रॉपर डॉक्यूमेंटेशन दे नाल प्रॉपर एक्सप्लेनेशन देने हैं तो थोड़ा जिहा मैं वर्क परमिट दी एप्लीकेशंस वल भी जाऊंगी जिहड़े इस वक्त कनाडा तो बाहर ने कनाडा विच ऑप्शंस देखना चाहुंदे ने LMIA बेस्ड वर्क परमिट दे लई किन्ना क जरूरी है कि उन्हां कोल इक प्रॉपर जिहड़ा है एम्प्लॉयर होना चाहिदा है ते किन्ना क सारा एक्सपीरियंस चाहिदा है देखो जी LMIA एक प्रॉपर एम्प्लॉयर बेस्ड ही कैटेगरी हैगी है जेकर एम्प्लॉयर थोड़ा स्ट्रोंग है एंड वो LMIA तुहानू प्रोवाइड कर रहा है दैन थोड़ी प्रोफाइल भी उन्नी ही स्ट्रोंग होनी चाहिए हाँ जी तो उस एक्सपीरियंस एजुकेशन IELTS लाइक इंग्लिश लैंग्वेज टेस्ट ये सब बहुत मैटर करता है जेकर आप नॉर्मल गल करिए जिदा फार्मिंग दे रिलेटेड वर्क परमिट्स ने उनके विच IELTS की रिक्वायरमेंट नहीं है ओके हाँ जी बट क्योंकि वो NOC-C या NOC-D के अंडर आते हैं ना ये वर्कर एंड जेकर आप स्किल ट्रेड के चल जाइए अपने को पेंटर हो गया मशीनिस्ट हो गया मशीन ऑपरेटर्स हो गए इदां दा एक्सपीरियंस है जां कुक हो गए शेफ हो गए तां उन्हां लई भी विदाउट IELTS आप ट्राई कर सकते हैं ये नहीं है कि विदाउट IELTS एप्लीकेशंस नहीं होंदियां बट जेकर IELTS कीता होएगा एंड तुहाडा एक्सपीरियंस होएगा सेम फील्ड दा तो एप्लीकेशन स्ट्रांग रहेगी तुहाडी तो दे अप्रूवल चांसेस काफी हाई रहंदे ने किन्ना प्रोसेस नु टाइम लगदा इस नु पूरे नु जे आउटसाइड कनाडा आउटसाइड कनाडा वर्क परमिट ऑलमोस्ट मान के चलो कि अराउंड 8 to 9 एक साल के करीब लग जाता है ओके एक साल ते जे इनसाइड कनाडा करना होवे ही प्रोसेस इनसाइड कनाडा जेकर तुसी विजिटर परमिट होल्डर हो देन वर्क परमिट अप्लाई कर रहे हो एक पब्लिक पॉलिसी दे अंडर आपा राइट वे काम स्टार्ट कर सकते हैं बट जेड़ा वर्क परमिट है वो तुहाडा
ਅਰਾਊਂਡ 4 ਤੋਂ 6 ਮਹੀਨੇ ਦੇ ਵਿੱਚ ਆ ਜਾਂਦਾ ਹੈ ਸੋ ਵਿਜ਼ਟਰ ਵੀਜ਼ਾ ਕਿੰਨੀ ਦੇਰ ਤੱਕ ਵੈਲਿਡ ਹੋਣਾ ਜ਼ਰੂਰੀ ਹੈ ਤੁਹਾਡਾ ਇਸ ਲਈ ਅਪਲਾਈ ਕਰਨ ਦੇ ਲਈ ਵਿਜ਼ਟਰ ਵੀਜ਼ਾ ਤੁਹਾਡੇ ਇੱਕ ਤਾਂ ਦੇਖੋ ਐਂਟਰੀ ਹੋ ਗਈ ਕਿ ਜਦੋਂ ਵੀ ਤੁਸੀਂ ਐਂਟਰ ਕੀਤੇ ਹੋ ਤੁਹਾਨੂੰ 6 ਮਹੀਨੇ ਤੱਕ ਦੀ ਐਂਟਰੀ ਮਿਲਦੀ ਆ ਉਹ ਐਂਟਰੀ ਤੁਹਾਡੀ ਵੈਲਿਡ ਹੋਣੀ ਚਾਹੀਦੀ ਆ ਜੇਕਰ ਵੈਲਿਡ ਨਹੀਂ ਹੈ ਤਾਂ ਤੁਸੀਂ ਵਿਦ ਇਨ ਦਾ ਟਾਈਮ ਫਰੇਮ ਐਕਸਟੈਂਸ਼ਨ ਅਪਲਾਈ ਕੀਤੀ ਹੋਵੇ ਤਾਂ ਉਹ ਐਕਸਟੈਂਸ਼ਨ ਜੇਕਰ ਪ੍ਰੋਪਰ ਟਾਈਮ ਦੇ ਅੰਦਰ ਕੀਤੀ ਹੈ ਤਾਂ ਕੋਈ ਐਡਾ ਪ੍ਰੋਬਲਮ ਨਹੀਂ ਹੋਏਗੀ ਐਪਲੀਕੇਸ਼ਨ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਸੋ ਜਿਹੜੇ ਇੱਕ ਲਾਸਟ ਮੇਰਾ ਕੁਐਸਚਨ ਹੈ ਸਪਾਊਸਲ ਐਪਲੀਕੇਸ਼ਨਸ ਨੂੰ ਲੈ ਕੇ ਇਹ ਵੀ ਸੁਣਨ ਦੇ ਵਿੱਚ ਆ ਰਿਹਾ ਕਿ ਐਪਲੀਕੇਸ਼ਨਸ ਆਨਲਾਈਨ ਕੀਤੀਆਂ ਗਈਆਂ ਨੇ ਸੋ ਇਹਦਾ ਕੋਈ ਅਸਰ ਦੇਖਣ ਨੂੰ ਮਿਲੂਗਾ ਛੇਤੀ ਨਿਪਟਾਰਾ ਹੋਏਗਾ ਜਾਂ ਕੋਈ ਚੇਂਜਸ ਹੋਣਗੇ ਬਿਲਕੁਲ ਜੀ ਜੋ ਪਰਮਨੈਂਟ ਰੈਜ਼ੀਡੈਂਟਸ ਪਰਮਨੈਂਟ ਰੈਜ਼ੀਡੈਂਟਸ ਨੇ ਉਹਨਾਂ ਦੇ ਸਪਾਊਸਲ ਐਪਲੀਕੇਸ਼ਨਸ ਪਹਿਲਾਂ ਜੋ ਪੇਪਰ ਐਪਲੀਕੇਸ਼ਨ ਹੁੰਦੀ ਸੀ ਉਹਨਾਂ ਆਨਲਾਈਨ ਕਰ ਦਿੱਤੀ ਗਈ ਹੈ ਜੋ ਟੈਂਪਰੇਰੀ ਰੈਜ਼ੀਡੈਂਟਸ ਸੀ ਉਹ ਪਹਿਲਾਂ ਤੋਂ ਹੀ ਆਨਲਾਈਨ ਸੀਗੀ ਬਟ ਜੋ ਜਿਹੜੀਆਂ ਐਪਲੀਕੇਸ਼ਨ ਸਪਾਊਸਲ ਸਪਾਂਸਰਸ਼ਿਪ ਦੀਆਂ ਨੇ ਰਾਈਟ ਨਾਓ ਅਰਾਊਂਡ 6 ਟੂ 7 ਮੰਥਸ ਦੇ ਵਿੱਚ ਉਹ ਕਲੀਅਰ ਕੀਤੀਆਂ ਜਾ ਰਹੀਆਂ ਨੇ ਓਕੇ ਹਾਂਜੀ ਸਾਡੇ ਕਾਫੀ ਰੀਸੈਂਟ ਐਕਸਪੀਰੀਅੰਸ ਰਹੇ ਨੇ ਜੋ ਅਸੀਂ ਫਾਈਲਿੰਗ ਕੀਤੀ ਆ ਤਾਂ 6 ਮਹੀਨੇ 7 ਮਹੀਨੇ ਫਾਈਲ ਨੰਬਰ ਆਉਣ ਤੋਂ ਬਾਅਦ ਇੰਨਾ ਟਾਈਮ ਲੱਗ ਜਾਂਦਾ ਹੈ ਤੇ ਜਿਹੜੇ ਸਟੂਡੈਂਟਸ ਦੇ ਸਪਾਊਸ ਨੇ ਉਹਨਾਂ ਨੂੰ ਕਿੰਨਾ ਸਮਾਂ ਲੱਗ ਰਿਹਾ ਜੇ ਉਹਨਾਂ ਨੇ ਅੱਗੇ ਵਰਕ ਪਰਮਿਟ ਲਈ ਅਪਲਾਈ ਕਰਨਾ ਹੋਵੇ ਸਟੂਡੈਂਟਸ ਦੇ ਸਪਾਊਸ ਜੋ ਇਨਸਾਈਡ ਕੈਨੇਡਾ ਅਪਲਾਈ ਕਰ ਰਹੇ ਨੇ ਨਾਰਮਲ ਸੇਮ ਐਸ ਪੋਸਟ ਗ੍ਰੈਜੂਏਟ ਵਰਕ ਪਰਮਿਟ 3 ਤੋਂ 4 ਮਹੀਨੇ ਬਟ ਜੇਕਰ ਆਊਟਸਾਈਡ ਕੈਨੇਡਾ ਅਪਲਾਈ ਕਰ ਰਹੇ ਹਾਂ ਦੈਨ ਇਟ ਵਿਲ ਟੇਕ ਮੋਰ ਟਾਈਮ ਦੈਟ ਇਜ਼ ਅਰਾਊਂਡ 6 ਮੰਥਸ 6 ਮੰਥਸ ਸਮਾਂ ਸਾਡਾ ਇਜਾਜ਼ਤ ਲੈਣ ਦਾ ਹੋ ਰਿਹਾ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਸਿੰਪਲ ਇਹੀ ਹੈ ਜੀ ਕਿ ਸਟੂਡੈਂਟਸ ਨੂੰ ਐਡਵਾਈਸ ਹੋਏਗੀ ਕਿ ਤੁਸੀਂ ਹਮੇਸ਼ਾ ਟਰਾਈ ਕਰੋ ਕਿ ਇੱਕ ਬੈਟਰ ਜੌਬ ਖੁਦ ਲੱਭੋ ਕਿਸੇ ਵੀ ਕੰਸਲਟੈਂਟ ਦੇ ਕੋਲ ਜਾਂ ਕਿਸੇ ਵੀ ਲਾਇਰ ਦੇ ਕੋਲ ਜਾ ਕੇ ਇਹ ਗੱਲ ਨਾ ਕਰੋ ਕਿ ਹਾਂਜੀ ਸਾਨੂੰ ਜੋ ਮਾਰਕੀਟ ਦੇ ਵਿੱਚ ਚੱਲ ਰਿਹਾ ਕਿ ਜੌਬਸ ਚਾਹੀਦੀਆਂ ਨੇ ਇੱਦਾਂ ਆ ਇਹ ਆ ਉਹ ਆ ਤਾਂ ਤੁਸੀਂ ਖੁਦ ਟਰਾਈ ਕਰੋ ਤੁਹਾਡੇ ਐਕਸਪੀਰੀਅੰਸ ਦੇ ਬੇਸ ਤੇ ਤੁਹਾਡੀ ਸਟੱਡੀ ਦੇ ਬੇਸ ਤੇ ਬਿਲਕੁਲ ਤੁਸੀਂ ਇੱਕ ਚੰਗੀ ਜੌਬ ਸਿਕਿਉਰ ਕਰਨ ਦੇ ਵਿੱਚ ਸਕਸੈਸਫੁਲ ਰਹੋਗੇ ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ ਚਾਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸੋ ਦੋਸਤੋ ਅਸੀਂ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਹੁਣ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਲਾਹ ਚਾਹੀਦੀ ਹੈ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ 'ਚ ਅਸੀਂ ਹਮੇਸ਼ਾ ਇੱਕ ਪ੍ਰੋਸੀਮਨ ਕੰਸਲਟੈਂਟ ਨੂੰ ਹੀ ਹਮੇਸ਼ਾ ਐਡ ਕਰਦੇ ਹਾਂ ਸੋ ਤੁਸੀਂ ਹੁਣ ਇਸ ਵਕਤ ਰੋਹਿਤ ਜੀ ਦੀਆਂ ਕੋਈ ਸੇਵਾਵਾਂ ਲੈਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਸੰਬੰਧੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰਸ ਨੀਚੇ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ ਤੁਸੀਂ ਇੱਥੇ ਕਾਲ ਕਰ ਸਕਦੇ ਹੋ ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ਼੍ਰੀ ਅਕਾਲ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ